ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਇਹ ਜਿਹੜਾ ਸਥਾਨ ਆ ਜਲੰਧਰ ਪਠਾਨਕੋਟ ਰੋਡ ਦੇ ਉੱਤੇ ਸਥਿਤ ਆ ਜੀ। ਇਹ ਆ ਜਾਓ, ਇਸ ਸਥਾਨ ਦੇ ਅੰਦਰ ਨੂੰ ਚੱਲਦੇ ਹਾਂ, ਦਰਸ਼ਨ ਕਰਦੇ ਹਾਂ ਜੀ। ਜੇਕਰ ਤੁਸੀਂ ਸਾਡੇ ਚੈਨਲ 'ਤੇ ਨਵੇਂ ਹੋ, ਪਹਿਲਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਤਾਂ ਜੋ ਵੀ ਅਸੀਂ ਵੀਡੀਓ ਪਾਈਏ ਉਹਦਾ ਨੋਟੀਫਿਕੇਸ਼ਨ ਤੁਹਾਨੂੰ ਪਹਿਲਾਂ ਮਿਲ ਸਕੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਅੱਜ ਅਸੀਂ ਆਏ ਹੋਏ ਹਾਂ ਗੁਰਦੁਆਰਾ ਗਰਨਾ ਸਾਹਿਬ ਜੀ, ਪਿੰਡ ਬੌਦਲਾ ਜੀ, ਜ਼ਿਲ੍ਹਾ ਹੁਸ਼ਿਆਰਪੁਰ ਦੇ ਵਿੱਚ ਪੈਂਦਾ ਜੀ। ਛੇਵੇਂ ਪਾਤਸ਼ਾਹ ਇਸ ਸਥਾਨ ਦੇ ਉੱਤੇ ਆਏ ਨੇ ਜੀ। ਆਪਾਂ ਇਸ ਸਥਾਨ ਦੇ ਦਰਸ਼ਨ ਕਰਦੇ ਹਾਂ ਜੀ, ਨਾਲੇ ਇਸ ਸਥਾਨ ਦਾ ਇਤਿਹਾਸ ਜਾਣਦੇ ਹਾਂ ਜੀ। ਆਓ ਚੱਲੀਏ, ਆਪਾਂ ਦਰਸ਼ਨ ਕਰੀਏ ਅੰਦਰ ਗੁਰਦੁਆਰਾ ਸਾਹਿਬ ਦੇ। ਇਹ ਨਾ ਜਦੋਂ ਆਪਾਂ ਇਸ ਸਥਾਨ ਦੇ ਅੰਦਰ ਐਂਟਰ ਹੁੰਦੇ ਹਾਂ, ਇਹ ਅੰਦਰ ਸ਼ੋਪਸ ਬਣੀਆਂ ਹੋਈਆਂ ਨੇ, ਦੁਕਾਨਾਂ ਬਣੀਆਂ ਹੋਈਆਂ ਨੇ। ਇੱਥੋਂ ਕੋਈ ਇਤਿਹਾਸਿਕ ਚੀਜ਼ ਜਾਂ ਕੋਈ ਸਮਾਨ ਖਰੀਦਣਾ ਹੋਵੇ ਉਹ ਆਪਾਂ ਖਰੀਦ ਸਕਦੇ ਹਾਂ ਜੀ। ਇਹ ਭਚੰਗੀ ਸਿੰਘ ਗੱਤਕੇ ਦੇ ਜੌਹਰ ਸਿੱਖਦੇ ਹੋਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਪੰਜ ਪਿਆਲੇ ਪੰਜ ਪੀਰ, ਛਠਾਂ ਪੀਰ ਬੈਠਾ ਗੁਰ ਭਾਰੀ, ਅਰਜਨ ਕਾਇਆ ਪਲਟ ਕੇ ਮੂਰਤ ਹਰ ਗੋਬਿੰਦ ਸਵਾਰੀ ਜੀ। ਛੇਵੇਂ ਪਾਤਸ਼ਾਹ ਮੀਰੀ ਪੀਰੀ ਦੇ ਮਾਲਕ ਸੰਮਤ 1677 ਈਸਵੀ ਵਿੱਚ ਜੀ ਕਰਤਾਰਪੁਰ ਤੋਂ ਗੁਰਮਤਿ ਦਾ ਪ੍ਰਚਾਰ ਕਰਦੇ ਹੋਏ ਪਿੰਡ ਬੌਦਲ ਪਹੁੰਚੇ ਸੀਗੇ ਜੀ। ਇੱਥੇ ਨਾ ਜਿੱਥੇ ਹੁਣ ਇਹ ਸਥਾਨ ਬਣਿਆ ਹੋਇਆ ਆ, ਇੱਥੇ ਗਰਨੇ ਦੇ ਦਰੱਖਤਾਂ ਦਾ ਕਹਿੰਦੇ ਜੰਗਲ ਹੁੰਦਾ ਸੀਗਾ ਬਹੁਤ ਵੱਡਾ। ਜਦੋਂ ਮਹਾਰਾਜ ਇਸ ਜਗ੍ਹਾ ਤੋਂ ਲੰਘਣ ਲੱਗੇ ਨਾ, ਇੱਕ ਗਰਨੇ ਦੀ ਉਹ ਝਿੰਗ ਜਿਹਨੂੰ ਝਾੜੀ ਜੀ ਕਹਿੰਦੇ ਆਪਾਂ ਜਾਂ ਸੁੱਕੀ ਟਾਹਣੀ ਕਹਿੰਦੇ ਹਾਂ, ਉਹ ਮਹਾਰਾਜ ਦੇ ਚੋਲੇ ਦੇ ਵਿੱਚ ਫਸ ਗਈ। ਮਹਾਰਾਜ ਰੁਕ ਗਏ ਅਤੇ ਮਹਾਰਾਜ ਮੇਹਰਾਂ ਦੇ ਘਰੇ ਜਣੀ ਆ ਕੇ ਮਹਾਰਾਜ ਨੇ ਉਹ ਜਿਹੜਾ ਸੁੱਕੀ ਟਾਹਣੀ ਸੀਗੀ ਉਹਨੂੰ ਸਿੰਘਾਂ ਨੂੰ ਕਹਿ ਕੇ ਧਰਤੀ ਦੇ ਵਿੱਚ ਗੱਡਵਾ ਤਾ, ਵੀ ਇਹਨੂੰ ਧਰਤੀ ਦੇ ਵਿੱਚ ਗੱਡ ਦਿਉ, ਇਹਨੂੰ ਲਾ ਦਿਉ ਤੁਸੀਂ। ਅਤੇ ਟਾਹਣੀ ਨੂੰ ਧਰਤੀ ਦੇ ਵਿੱਚ ਲਾ ਕੇ ਮਹਾਰਾਜ ਨੇ ਵਰਦਾਨ ਦਿੱਤਾ ਵੀ ਤੂੰ ਸਾਨੂੰ ਅਟਕਾਇਆ ਆ, ਇਸ ਲਈ ਤੂੰ ਹਰਾ ਹੋ ਜਾ ਅਤੇ ਆਪਣੀ ਸੰਸਾਰੀ ਜੀਵਾਂ ਦੇ ਉੱਤੇ ਆਪਣੀ ਕਿਰਪਾ ਕਰ, ਵੀ ਜਿਹੜੇ ਇਸ ਸਥਾਨ ਦੇ ਉੱਤੇ ਆਉਣਗੇ ਬੰਦੇ ਉਹਨਾਂ ਦੀਆਂ ਤੂੰ ਮਨੋਕਾਮਨਾ ਪੂਰੀਆਂ ਕਰੇਗਾ। ਇਸ ਤੋਂ ਬਾਅਦ ਮਹਾਰਾਜ ਅੱਗੇ ਮੁਕੇਰੀਆਂ ਵੱਲ ਨੂੰ ਚਲੇ ਗਏ। ਫਿਰ ਨਾ ਛੇਵੇਂ ਪਾਤਸ਼ਾਹ ਸੰਮਤ 1685 ਵਿੱਚ ਇਸ ਸਥਾਨ ਦੇ ਉੱਤੇ ਵਾਪਸ ਆਏ ਸੀਗੇ। ਜਦੋਂ ਮਹਾਰਾਜ ਨੇ ਆ ਕੇ ਦੇਖਿਆ ਜਿਹੜਾ ਉਹ ਸੁੱਕਾ ਦਰਖਤ ਸੀਗਾ, ਉਹ ਇੱਕ ਨਾ ਹਰਿਆ ਭਰਿਆ ਵੱਡਾ ਦਰਖਤ ਬਣ ਚੁੱਕਿਆ ਸੀਗਾ। ਮਹਾਰਾਜ ਉਹਦੇ ਥੱਲੇ ਬੈਠੇ ਜੀ। ਅਤੇ ਇੱਥੇ ਨਾ ਪਿੰਡ ਬੌਦਲ ਦੇ ਵਿੱਚ ਇੱਕ ਚੂੜ ਰਬਾਬੀ ਨੇ ਗੁਰੂ ਸਾਹਿਬ ਕੋਲ ਪਹੁੰਚ ਕੇ ਮਹਾਰਾਜ ਨੂੰ ਕੀਰਤਨ ਸੁਣਾਇਆ। ਗੁਰੂ ਸਾਹਿਬ ਨੇ ਖੁਸ਼ ਹੋ ਕੇ ਉਸ ਰਬਾਬੀ ਨੂੰ ਜਿਹੜੀ ਕਿਰਪਾ ਕੀਤੀ ਉਹ 'ਤੇ ਮਹਾਰਾਜ ਨੇ ਅਤੇ ਉਹਨੂੰ ਰਬਾਬ ਦਿੱਤੀ ਅਤੇ ਮਹਾਰਾਜ ਇਸ ਸਥਾਨ ਤੋਂ ਚਲੇ ਗਏ ਜੀ। ਇਹ ਨਾ ਜਿਹੜਾ ਬੌਦਲ ਪਿੰਡ ਸੀਗਾ ਇਹ ਮੁਸਲਮਾਨਾਂ ਦਾ ਪਿੰਡ ਸੀਗਾ, ਅਤੇ ਜਿਹੜੇ ਮੁਸਲਮਾਨ ਸੀਗੇ ਜਿਹੜਾ ਉਹਦੇ ਜੰਗਲ ਸੀ ਉਹਨੂੰ ਕੱਟਣਾ ਚਾਹੁੰਦੇ ਸੀਗੇ ਅਤੇ ਉਹਨੂੰ ਕੱਟਣਾ ਸ਼ੁਰੂ ਕਰਤਾ ਸੀਗਾ ਉਹਨਾਂ ਨੇ। ਅਤੇ ਜਿਹੜਾ ਉਰੇ ਦਰਖਤ ਸੀਗਾ ਗਰਨੇ ਦਾ ਦਰਖਤ ਸੀਗਾ ਉਹ ਮੁਸਲਮਾਨ ਵੱਲੋਂ ਕੱਟਿਆ ਗਿਆ। ਜਦੋਂ ਸ਼ਾਮ ਨੂੰ ਉਹਨੂੰ ਕੱਟ ਜਾਂਦਾ ਸੀਗਾ, ਸਵੇਰ ਨੂੰ ਆ ਕੇ ਦੇਖਦਾ ਸੀ ਇਹ ਸਵੇਰ ਨੂੰ ਫਿਰ ਹਰਿਆ ਭਰਿਆ ਹੁੰਦਾ ਸੀਗਾ, ਉਹਨੇ ਦੂਜੀ ਵਾਰ ਫਿਰ ਇਹਨੂੰ ਕੱਟਿਆ, ਸਵੇਰੇ ਆ ਕੇ ਦੇਖਿਆ ਫਿਰ ਹਰਿਆ ਭਰਿਆ ਸੀ, ਅਤੇ ਤੀਜੀ ਵਾਰ ਉਹਨੇ ਇਸ ਨੂੰ ਜੜੋਂ ਪੱਟਤਾ। ਜਦੋਂ ਜੜੋਂ ਪੱਟ ਕੇ ਉਹ ਘਰ ਨੂੰ ਚਲੇ ਗਿਆ ਤਾਂ ਉਹਨੂੰ ਆਕਾਸ਼ਵਾਣੀ ਹੋਈ ਵੀ ਤੂੰ ਇਹ ਗਰਨੇ ਦੇ ਦਰਖਤ ਨੂੰ ਖਤਮ ਕਰਨਾ ਚਾਹੁੰਦਾ ਆ, ਪਰ ਇਹ ਦਰਖਤ ਆ ਜਿਹੜਾ ਗਰਨੇ ਦਾ ਇਹ ਜੁਗੋ ਜੁਗ ਅਟਲ ਆ, ਅਤੇ ਉਸ ਗੱਲ ਦੀ ਗਵਾਹੀ ਭਰਦਾ ਇਹ ਦਰਖਤ ਅੱਜ ਵੀ ਇਸ ਜਗ੍ਹਾ ਦੇ ਉੱਤੇ ਮੌਜੂਦ ਆ ਜੀ। ਅਤੇ ਜਿਹੜਾ ਉਹ ਮੁਸਲਮਾਨ ਸੀਗਾ ਬੰਦਾ ਜੀ, ਫਿਰ ਉਹ ਪਿੰਡ ਛੱਡ ਗਿਆ ਸੀਗਾ, ਅਤੇ ਅੱਜ ਲੱਖਾਂ ਸੰਗਤਾਂ ਇਸ ਸਥਾਨ ਦੇ ਉੱਤੇ ਆਉਂਦੀਆਂ ਨੇ ਜੀ, ਉਸ ਗਰਨੇ ਦੇ ਦਰਖਤ ਦੇ ਦਰਸ਼ਨ ਕਰਦੀਆਂ ਨੇ ਜੀ। ਬਹੁਤ ਸੋਹਣਾ ਅਸਥਾਨ ਆ ਜੀ, ਆਪਣੇ ਦੋਸਤਾਂ ਮਿੱਤਰਾਂ ਰਿਸ਼ਤੇਦਾਰ ਬੱਚਿਆਂ ਨਾਲ ਇਸ ਸਥਾਨ ਦੇ ਉੱਤੇ ਆਓ ਜੀ, ਉਸ ਪਵਿੱਤਰ ਗਰਨੇ ਦੇ ਦਰਖਤ ਦੇ ਦਰਸ਼ਨ ਕਰੋ ਜੀ।
ਇਹ ਨਾ ਤੁਸੀਂ ਜੋ ਸਾਹਮਣੇ ਬਿਲਡਿੰਗ ਦੇਖ ਰਹੇ ਹੋ ਸੰਗਤ ਦੇ ਸਹਿਯੋਗ ਨਾਲ ਨਵਾਂ ਦਰਬਾਰ ਸਾਹਿਬ ਬਣਾਇਆ ਜਾ ਰਿਹਾ ਜੀ ਜੋ ਕਿ ਬਹੁਤ ਹੀ ਸੋਹਣਾ ਬਣਾਇਆ ਜਾ ਰਿਹਾ ਹੈ। ਇਹ ਆ ਜੀ ਸਾਹਮਣੇ ਪਵਿੱਤਰ ਸਰੋਵਰ ਜੀ ਸਾਡੇ ਪਾਤਸ਼ਾਹ ਵੱਲੋਂ ਊਚ ਨੀਚ ਜਾਤ ਪਾਤ ਨੂੰ ਖਤਮ ਕਰਨ ਲਈ ਇਹਨਾਂ ਸਰੋਵਰਾਂ ਦਾ ਅਤੇ ਬੋੜੀਆਂ ਦਾ ਨਿਰਮਾਣ ਕੀਤਾ ਗਿਆ ਸੀਗਾ ਜੀ। ਇਸ ਸਥਾਨ ਦੇ ਉੱਤੇ ਇਹ ਸਰੋਵਰ ਸਾਹਿਬ ਬਣਿਆ ਹੋਇਆ ਹੈ ਜੀ। ਇਹ ਨੇ ਜੀ ਦੋ ਨਿਸ਼ਾਨ ਸਾਹਿਬ, ਇੱਕ ਮੀਰੀ ਦਾ ਇੱਕ ਪੀਰੀ ਦਾ ਜੀ। ਲੰਗਰ ਦੀ ਸੁਵਿਧਾ ਜੀ ਇਸ ਸਥਾਨ ਦੇ ਉੱਤੇ 24 ਘੰਟੇ ਆ ਜੀ। ਚਾਹ ਦੀ ਸੁਵਿਧਾ ਵੀ ਆ ਜੀ, ਤੁਸੀਂ ਲੋੜ ਅਨੁਸਾਰ ਛਕ ਸਕਦੇ ਹੋ ਜੀ। ਗੁਰੂ ਮਾਨਿਓ ਗ੍ਰੰਥ ਸੇਵਾ ਸੁਸਾਇਟੀ ਵੀ ਇਸ ਸਥਾਨ ਦੇ ਉੱਤੇ ਬਣੀ ਹੋਈ ਆ ਜੀ। ਛੇਵੇਂ ਪਾਤਸ਼ਾਹ ਮੀਰੀ ਪੀਰੀ ਦੇ ਮਾਲਕ ਜੀ ਦੇ ਇਸ ਗਰਨਾ ਸਾਹਿਬ ਜੀ ਦੇ ਸਥਾਨ ਦੀ ਵੀਡੀਓ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਕਮੈਂਟ ਵਿੱਚ ਜ਼ਰੂਰ ਦੱਸਿਓ ਜੀ। ਚੈਨਲ ਨੂੰ ਲਾਈਕ ਐਂਡ ਸਬਸਕ੍ਰਾਈਬ ਵੀ ਜ਼ਰੂਰ ਕਰਿਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ।